ਨੂੰ ਮੇਰੀ ਲੱਗੀ ਹੈ ਬਣਾਵਣ ਅਨਾਰਾਂ ਦਾ ਜੂਸ। ਮਸਾਲਾ ਭੁੱਜ ਗਿਆ, ਅੱਛੀ ਤਰ੍ਹਾਂ ਦੀ ਬਣਾਈ ਹੋ ਗਈ ਹੈ। ਹੁਣ ਇਹ ਦਾਲ ਜਿਹੜੀ ਇਹਦੇ ਵਿੱਚ ਸ਼ਾਮਿਲ ਕਰਨ ਲੱਗੇ ਹਾਂ। ਉਬਾਲ ਕੇ ਰੱਖੀ ਸੀ, ਚਮਚ ਕੱਢ ਕੇ ਇਹਨੂੰ ਸ਼ਾਮਿਲ ਕਰਨ ਲੱਗੇ ਹਾਂ। ਦਾਲ ਉਸ ਤਰ੍ਹਾਂ ਨਾ ਗਲਦੀ ਨਹੀਂ ਸਹੀ, ਉਬਾਲ ਕੇ ਸ਼ਾਮਿਲ ਕਰੀਏ ਨਾ ਦਾਲ ਸੋਹਣੀ ਬਣਦੀ ਫਿਰ। ਦਾਲ ਮਾਸ਼ਾਅੱਲਾ ਤਿਆਰ ਹੋ ਗਈ ਹੈ। ਇਹਦੇ ਵਿੱਚ ਹੁਣ ਪਾਉਣ ਲੱਗੇ ਹਾਂ ਹਰਿਆ ਧਨੀਆ, ਹਰੇ ਪਿਆਜ਼ਾਂ ਵਾਲੀ ਦਾਲ। ਮਾਸ਼ਾਅੱਲਾ ਬਹੁਤ ਪਿਆਰੀ ਬਣ ਗਈ ਹੈ। ਇਹ ਵਿੱਚ ਹੁਣ ਥੋੜ੍ਹਾ ਪਾਉਣਾ ਹੈ ਗਰਮ ਮਸਾਲਾ, ਵਿੱਚ ਮਿਕਸ ਮਾਸ਼ਾਅੱਲਾ ਦਾਲ ਵੀ ਸਹੀ, ਸ਼ਕਲ ਵੀ ਉਹਦੀ ਸਹੀ। ਦਾਲ ਬਣ ਕੇ ਤਿਆਰ ਹੋ ਗਈ ਮਾਸ਼ਾਅੱਲਾ ਬਹੁਤ। ਬਿਸਮਿਲ੍ਲਾਹਿ ਰਹਿਮਾਨਿ ਰਹੀਮ, ਅਸੀਂ ਬਣਾਉਣ ਲੱਗੇ ਹਾਂ ਆਲੂ ਮਟਰਾਂ ਵਾਲੇ ਚਾਵਲ। ਇਹ 2 ਕੌਲੀਆਂ ਚਾਵਲ ਨੇ, ਅੱਧਾ ਕਿਲੋ ਮਟਰ ਸੀ, ਚਿੰਨਿਆਂ ਵਿੱਚੋਂ ਪਾਈ ਰੱਖ ਰਿਹਾ ਹੈਗਾ ਮੁਣਗੇ, 2 ਆਲੂ ਸੀ, ਇਹ ਪਿਆਜ਼ ਕੱਟਿਆ, ਇਹ ਅਦਰਕ ਟਮਾਟਰ ਹਰੀਆਂ ਮਿਰਚਾਂ, ਇਹਨਾਂ ਦਾ ਗ੍ਰੈਂਡ ਕਰਕੇ ਨਾ ਪੇਸਟ ਬਣਾ ਲੈਣਾ। ਇਹ ਗਰਮ ਮਸਾਲਾ ਸ਼ਾਮਿਲ ਕਰਨਾ ਹੈ। ਅਤੇ ਹੁਣ ਪਹਿਲੇ ਸਟੈਪ 'ਤੇ ਚਾਵਲਾਂ ਨੂੰ ਧੋਣਾ ਹੈ ਅਤੇ ਆਲੂ ਟਮਾਟਰ ਅਦਰਕ ਨੂੰ ਗ੍ਰੈਂਡ ਕਰਨਾ ਹੈ। ਚਾਵਲ ਧੋ ਕੇ ਰੱਖ ਦੇਣੇ ਨੇ 20 ਮਿੰਟ। ਗੈਸ ਲੱਗੇ ਆ ਚਾਵਲ ਬਣਾਉਣ, ਆਇਲ ਖਤਮ ਹੋਇਆ ਸੀ ਅਤੇ ਕੇਲੀ ਚਕਾ ਲਿਆ। ਚਾਵਲਾਂ ਲਈ ਬਿਸਮਿਲ੍ਲਾਹਿ ਰਹਿਮਾਨਿ ਰਹੀਮ, ਪਿਆਜ਼ ਬਰਾਊਨ ਹੋ ਰਹੇ ਨੇ, ਮਸਾਲਾ ਸ਼ਾਮਿਲ ਕਰ ਦਿੱਤਾ, ਇਹ ਥੋੜ੍ਹਾ ਪਾਣੀ ਸ਼ਾਮਿਲ ਕਰਕੇ ਅਤੇ ਢੱਕਣਾ ਦੇ ਦੇਣਾ ਹੈ ਕਿ ਇਹਦਾ ਨਾ ਅੱਛੀ ਤਰ੍ਹਾਂ ਪਿਆਜ਼ਾਂ ਦਾ ਰੰਗ ਨਿਕਲ ਆਵੇ। ਸਬਜ਼ੀਆਂ ਵਿੱਚ ਪਾ ਦੇਣੀਆਂ ਨੇ, ਜਿਹੜਾ ਸਬਜ਼ੀਆਂ ਦੀ ਬਣਾਈ ਹੋਈ ਲਾਵੇ, ਇਹ ਨਾਲ ਟਮਾਟਰ ਅਦਰਕ ਲਸਣ ਦਾ ਪੇਸਟ, ਨਾਲੇ ਥੋੜ੍ਹੇ ਨੇ ਸਬਜ਼ੀਆਂ ਗਲ ਜਾਣਗੀਆਂ, ਨਾਲੇ ਉਹਨਾਂ ਦੀ ਬਣਾਈ ਹੋਈ ਜਾਣੀ। ਸਬਜ਼ੀਆਂ ਫਰਾਈ ਹੋ ਗਈਆਂ ਨੇ, ਮਸਾਲਾ ਭੁੱਜ ਗਿਆ ਅੱਛੀ ਤਰ੍ਹਾਂ। ਹੁਣ ਇਹਦੇ ਵਿੱਚ ਨਾ ਪਾਣੀ ਸ਼ਾਮਿਲ ਕਰਨ ਲੱਗੇ ਹਾਂ, 2 ਕੌਲੀਆਂ ਚਾਵਲਾਂ ਨੇ ਅਸੀਂ ਅਤੇ 4 ਕੌਲੀਆਂ ਪਾਣੀ ਸ਼ਾਮਿਲ ਕਰਨਾ ਹੈ।
ਬਿਸਮਿਲ੍ਲਾਹਿ ਰਹਿਮਾਨਿ ਰਹੀਮ। ਇਹਦੇ ਵਿੱਚ ਨਾ 2 ਚਮਚ ਨਮਕ ਦਾ ਸ਼ਾਮਿਲ ਕਰਨੇ ਨੇ। 1 ਕੌਲੀ ਚਾਵਲਾਂ ਦੀ ਨੂੰ 1 ਚਮਚ ਲੱਗਦਾ ਹੈ ਨਮਕ ਦਾ। ਇਹ 2 ਭਰ ਕੇ ਪਾ ਦਿੱਤੀਆਂ ਨੇ ਨਮਕ। ਹੁਣ ਉਬਾਲਾ ਆਵੇਗਾ ਤਾਂ ਚਾਵਲ ਸ਼ਾਮਿਲ ਕਰਦੇ ਨੇ। ਚਾਵਲ ਧੋ ਦਿੱਤੇ ਨੇ, ਉਹਨੇ 10 ਕੁ ਮਿੰਟ ਜੇ ਰਹਿਣਗੇ, ਫਿਰ ਪਾਣੀ ਉੱਤੋਂ ਲਾ ਕੇ ਨਿਤਾਰ ਕੇ ਫਿਰ ਚਾਵਲਾਂ ਦੇ ਵਿੱਚ ਪਾ ਦੇਣਾ। ਪਾਣੀ ਉਬਾਲੇ ਆਉਣ ਲੱਗ ਪਏ ਨੇ, ਚਾਵਲ ਧੋ ਕੇ ਰੱਖੇ ਸੀ, ਹੁਣ ਚਾਵਲ ਇਹਦੇ ਵਿੱਚ ਸ਼ਾਮਿਲ ਕਰਨੇ ਨੇ। ਬੱਤੀ ਵੀ ਚਲੀ ਗਈ ਹੈ, ਹਨੇਰਾ ਹੈ, ਲਾਈਟ ਵਾਲੀ ਹੈ। ਚਾਵਲ ਸ਼ਾਮਿਲ ਕਰ ਦਿੱਤੇ ਨੇ, ਪੱਕ ਜਾਣੇ ਨੇ ਮਾਸ਼ਾਅੱਲਾ। ਬੱਤੀ ਚਲੀ ਗਈ ਹੈ, ਚਾਵਲ ਪੱਕਦੇ ਨੇ ਪਏ, ਬਸ ਥੋੜ੍ਹੀ ਦੇਰ ਰਹਿ ਗਈ ਨਮ ਦੇਣ ਦੇ ਵਿੱਚ। ਪਾਣੀ ਖੁਸ਼ਕ ਹੋ ਗਿਆ, ਹੁਣ ਇਹਨੂੰ ਨਮ ਦੇਣਾ, 5-7 ਮਿੰਟ ਨਮ ਦੇਣਾ। ਸਾਡੇ ਚਾਵਲ ਮਾਸ਼ਾਅੱਲਾ ਨਮ ਵੱਢ ਦਿੱਤਾ, ਬਹੁਤ ਸੋਹਣੇ ਖਿਲੇ ਖਿਲੇ ਚਾਵਲ ਆਲੂ ਮਟਰਾਂ ਵਾਲੇ ਬਣ ਗਏ ਨੇ। ਖਿਲੇ ਖਿਲੇ ਨੇ ਚਾਵਲ ਦੇ ਨਾਲ, ਚਾਵਲ ਨਹੀਂ ਲੱਗਾ। ਸਾਡੇ ਚਾਵਲ ਮਾਸ਼ਾਅੱਲਾ ਤਿਆਰ ਹੋ ਗਏ ਨੇ, ਬਹੁਤ ਖਿਲੇ ਖਿਲੇ। ਇਹ ਦਾਲ ਹੈ, ਇਹ ਨਾਲ ਸਲਾਦ ਹੈ, ਇਹ ਪਾਣੀ ਹੈ, ਅਤੇ ਹੁਣ ਅਸੀਂ ਲੱਗੇ ਹਾਂ ਖਾਣ। ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਿਆ ਜੇ ਅੰਮੀ।